ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਠੰਡ ਦੇ ਨਾਲ ਨਾਲ ਧੁੰਦ ਵਿੱਚ ਵੀ ਵਾਧਾ ਹੋ ਰਿਹਾ ਹੈ। ਸਵੇਰ ਦੇ ਸਮੇਂ ਪੈ ਰਹੀ ਇਸ ਸੰਘਣੀ ਧੁੰਦ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਸਰਹੰਦ ਨੈਸ਼ਨਲ ਹਾਈਵੇ ਉੱਪਰ 2 ਦਰਜਨ ਦੇ ਕਰੀਬ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਨਾਲ ਨੈਸ਼ਨਲ ਹਾਈਵੇ ਉੱਪਰ ਲੰਬਾ ਜਾਮ ਲੱਗ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ। ਹਾਦਸੇ ਸੰਬੰਧੀ ਦੱਸਦੇ ਹੋਏ ਵਾਹਨ ਚਾਲਕਾਂ ਨੇ ਦੱਸਿਆ ਕਿ ਉਹ ਜਦੋਂ ਆਪਣੀ ਗੱਡੀ ਵਿੱਚ ਹਾਈਵੇ ਤੇ ਜਾ ਰਹੇ ਸਨ ਤਾਂ ਸੰਘਣੀ ਧੁੰਦ ਦੇ ਚੱਲਦਿਆਂ ਉਹਨਾਂ ਦੇ ਅੱਗੇ ਜਾ ਰਹੀ ਗੱਡੀ ਨੇ ਇੱਕਦਮ ਬ੍ਰੇਕ ਲਗਾ ਦਿੱਤੀ, ਜਿਸ ਨਾਲ ਉਹਨਾਂ ਦੀ ਗੱਡੀ ਉਸ ਗੱਡੀ ਨਾਲ ਝਾ ਟਕਰਾਈ ਤੇ ਦੇਖਦੇ ਹੀ ਦੇਖਦੇ ਕਈ ਵਾਹਨ ਇੱਕ ਇੱਕ ਕਰਕੇ ਆਪਸ ਵਿੱਚ ਟਕਰਾ ਗਏ। ਗੱਡੀ ਦਾ ਨੁਕਸਾਨ ਉਹ ਦੇਖ ਲਓ, ਸਾਰੀ ਫੁੱਟ ਗਈ ਪੂਰੀ। ਅੱਛਾ, ਤੁਹਾਨੂੰ ਪਤਾ ਲੱਗਿਆ ਪੂਰੇ ਗੱਡੀਆਂ ਨੇ ਬ੍ਰੇਕ ਲਾਈ, ਇਹਨਾਂ ਨੇ ਫਿਰ ਲੱਗੀ ਹੈ ਗੱਡੀ। ਖੜੇ ਸੀ ਜਾਮ ਲੱਗਿਆ ਸੀ ਇੱਥੇ ਜੀ, ਹਾਂਜੀ, ਬ੍ਰੇਕ ਮਾਰ ਕੇ ਅਤੇ ਪਿੱਛੋਂ ਆਇਆ, ਪਿੱਛੋਂ ਲਿਆ ਕੇ ਨੇ ਤੇਜ਼ ਲਿਆ ਕੇ ਠੋਕੀ ਗੱਡੀ। ਧੁੰਦ ਬਹੁਤ ਜ਼ਿਆਦਾ ਹੈਗੀ ਹੈ ਜੀ ਅੱਜ, ਪਰੰਤੂ ਲੋਕ ਪਤਾ ਨਹੀਂ ਕਿਉਂ ਆਪਣੇ ਸ਼ਡਿਊਲ ਦੇ ਮੁਤਾਬਕ ਹੀ ਆਪਣੇ ਡੈਸਟੀਨੇਸ਼ਨ 'ਤੇ ਪਹੁੰਚਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਵੀ ਆਪਣੀ ਜਾਨ ਮਾਲ ਦਾ ਵੀ ਧਿਆਨ ਰੱਖਣਾ ਚਾਹੀਦਾ। ਇੰਨੀ ਜ਼ਿਆਦਾ ਧੁੰਦ ਦੇ ਵਿੱਚ ਜਦੋਂ ਦੇਖਣ ਦੇ ਵਿੱਚ ਬਹੁਤ ਵੱਡੀ ਰਸਤੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਆਪਣੀਆਂ ਮੋਟਰ ਗੱਡੀਆਂ ਜਿਹੜੀਆਂ ਨੇ ਉਹ ਹੌਲੀ ਸਪੀਡ ਦੇ ਵਿੱਚ ਲੈ ਕੇ ਜਾਣੀਆਂ ਚਾਹੀਦੀਆਂ ਨੇ ਅਤੇ ਇਸ ਤਰੀਕੇ ਹਾਦਸੇ ਤੋਂ ਬਚ ਕੇ ਜੋ ਰੋਡ ਦੇ ਉੱਤੇ ਬਲੌਕ ਜਾਮ ਲੱਗਦੇ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਜੀ। ਸਮਾਂ ਜ਼ਰੂਰ ਜ਼ਿਆਦਾ ਲੱਗ ਸਕਦਾ ਆਪਣੇ ਸਥਾਨ 'ਤੇ ਪਹੁੰਚਣ ਦੇ ਲਈ, ਪਰੰਤੂ ਆਪਣੀ ਜਾਨ ਦੇ ਨਾਲੋਂ ਆਪਣੇ ਮਾਲ ਦੇ ਨਾਲੋਂ ਕੋਈ ਵੀ ਚੀਜ਼ ਜ਼ਿਆਦਾ ਕੀਮਤੀ ਨਹੀਂ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਹਾਦਸੇ ਸੰਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ। ਕਮ ਸੇ ਕਮ 20-25 ਗੱਡੀ ਦਾ ਐਕਸੀਡੈਂਟ ਹੋਇਆ, ਇੱਕ ਬੰਦੇ ਦੀ ਮੌਤ ਹੋ ਗਈ ਹੈ, 2 ਟਰੱਕਾਂ ਦੇ 4-8 ਬੰਦੇ ਦੀ ਮੌਤ ਹੋ ਗਈ ਹੈ, ਜ਼ਖਮੀ ਦੀ ਸਿਰਫ ਇੱਕ ਦੀ ਡੈਥ ਹੋਈ ਹੈ। ਕਿੱਥੇ ਦਾ ਬੰਦਾ ਸੀ ਉਹ? ਬੰਦਾ ਲੁਧਿਆਣੇ ਦਾ ਦੱਸਦੇ ਆ, ਫਿਲਹਾਲ ਤਾਂ ਨਹੀਂ ਹੋਈ ਸ਼ਨਾਖਤ, ਟਰੱਕ ਡਰਾਈਵਰ ਸੀਗਾ, ਟਰੱਕ ਦੇ ਵਿੱਚ ਆ ਕੇ ਉਹਦੀ ਮੌਤ ਹੋ ਗਈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।